बिस्मिल्लाहिर्रहमानिर्रहीम, अस्सलाम वालेकुम, सत श्री अकाल, आदाब। तुसी वेख रहे हो साडा यूट्यूब चैनल ते मैं हाँ तुहाडा वीर मित्र बेली नवीद सहर। दोस्तों, साडी इस आवाज़ सुनने वाले सारे वीरां नूं असीं इस बैठक उत्ते खुशामदीद कहने हां। सत बिस्मिल्ला जी आया नूं। साडी अज दी वीडियो दी मेहमान शख्सियत ने चाचा सुलेमान, जिन्हां दा पुराना पिंड रियासत जम्मू कश्मीर दे विच बईपुर सलोड़ी सी। तो इस वक्त यह बजुर्ग पाकिस्तान की तहसील जफरवाल के एक छोटे जे पिंड कड़गाल गुजरां दे विच अपनी जिंदगी गुजार रहे हैं। दोस्तों, आओ फिर वीडियो का आगाज़ करने हैं, तो तुहाडी मुलाकात करा रहे हैं चाचा मुहम्मद सुलेमान साहब के नाल। अस्सलाम वालेकुम चाचू, क्या हाल जी? सुनाओ, ठीक हो? सुनाओ, सेहत कैसी है? नरमी हो मेरी माशाल्लाह। तो कितनी उम्र अपनी उम्र हो गई है? 10 साल आ गया। 10 साल दे हो जो तुसी पाकिस्तान दी ते इंडिया दी वंड होई पंजाब दी है। हां, अच्छा। ते की नाम जी अपना? सुलेमान। सुलेमान, हां जी। ते वाल साहब दा की नाम जी? जलालुद्दीन। जलालुद्दीन, हां जी। ते कोई दादे होर दा नाम याद है? हां जी जी। की नाम जी? मेहरदीन। मेहरदीन, चाचू ए जेडी जगह ते असी बैठे दिया, हां जी, ए केड़ा पिंड जी? ए केड़ा पिंड है? कड़गाल। कड़गाल, हां जी। अच्छा, ते इदे आले दुआले केड़े केड़े पिंड जी? जिला फिर नारवल ही हो गया। अच्छा, ਤੇ ਸਾਨੂੰ ਦੱਸੋ ਜ਼ਰਾ ਕਿ ਤੁਸੀਂ ਇੱਥੇ ਦੇ ਬਸ਼ਿੰਦੇ ਹੋ ਜਾਂ ਮਹਾਜਰ ਹੋ? ਮਹਾਜਰ। ਮਹਾਜਰ, ਰਿਆਸਤੀ ਹੋ ਜਾਂ ਉਧਰੋਂ ਲੈਂਦੇ ਪੰਜਾਬ ਚੋਂ ਆਏ ਦੇ? ਨਹੀਂ, ਰਿਆਸਤੀ। ਅੱਛਾ, ਰਿਆਸਤ ਚੋਂ ਆਏ ਦੇ ਤੁਸੀਂ? ਹਾਂਜੀ, ਮਾਸ਼ਾਅੱਲਾ। ਉੱਥੇ ਦੱਸੋ ਜ਼ਰਾ ਕਿ ਕਿਹੜਾ ਪਿੰਡ ਸੀ ਤੁਹਾਡਾ ਉੱਥੇ ਰਿਆਸਤ ਚ? ਥਲੋੜੀ, ਬਈਪੁਰ ਸਲੋੜੀ ਖਵਾਂਦੀ। ਇਸ ਤਰ੍ਹਾਂ ਦੁਬਾਰਾ ਦੱਸਿਓ ਕਿ ਕਿਹੜਾ ਪਿੰਡ ਸੀ? ਬਈਪੁਰ ਸਲੋੜੀ। ਬਈਪੁਰ ਸਲੋੜੀ, ਬਈਪੁਰ ਥਲੋੜੀ। ਹਾਂਜੀ, ਬਈਪੁਰ ਥਲੋੜੀ। ਹਾਂ, ਅੱਛਾ। ਇਹਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਹਾਜੇ? ਤਰਿਆ ਥਲੋੜੀਆਂ। ਅੱਛਾ, ਹਾਂ ਜੀ ਜੀ, ਤਰਿਆ ਥਲੋੜੀਆਂ, ਠੀਕ ਹੈ। ਹਾਂ, ਤੇ ਆਲੇ ਦੁਆਲੇ ਪਿੰਡ ਨੇੜੇ ਨੇੜੇ ਵੀ ਸਾਨੂੰ ਫਿਰ ਉਹ ਗੁੜਾ ਪਰਾਂ ਲੱਗਦਾ, ਮੁਆਲ। ਕਿਹੜਾ ਪਿੰਡ? ਮੁਆਲ। ਮੁਆਲ, ਹਾਂ। ਅੱਛਾ, ਇੱਕ ਮੁਆਲ ਹੋ ਗਿਆ। ਹਾਂ, ਗੁੜਾ ਹੋ ਗਿਆ, ਗੁੜਾ ਪਰਾਂ ਹੋ ਗਿਆ। ਗੁੜਾ ਜਾਂ ਮੁੜਾ? ਗੁੜਾ। ਗੁੜਾ, ਗੁੜਾ, ਇੱਕ ਗੁੜਾ ਹੋ ਗਿਆ। ਹਾਂਜੀ। ਅੱਛਾ, ਹੋਰ? ਤੇ ਹੋਰ ਹੁਣ ਇਹ ਲਾਗੇ ਲਾਗੇ ਪਿੰਡ ਨੇ ਜਿਹੜੇ, ਇਹਨਾਂ ਦਾ ਫਿਰ ਮੈਨੂੰ ਪਿੰਡਾਂ ਦੀ ਭਾਗ ਵੀ ਨਹੀਂ। ਨਹੀਂ, ਵਾਕਫੀ ਤਾਂ ਨਹੀਂ, ਫਿਰਿਆ ਟੁਰਿਆ ਨਹੀਂ ਨਾ। ਬੜੀ ਦੇਰ ਦੀ ਗੱਲ ਹੈ ਨਾ, ਉਮਰ ਥੋੜ੍ਹੀ ਤੁਹਾਡੀ ਉਸ ਟਾਈਮ? ਹਾਂ। ਅੱਛਾ, ਅਤੇ ਦੱਸੋ ਜ਼ਰਾ ਕਿ ਕਿੰਨੀ ਕੁ ਉਮਰ ਸੀ ਤੁਹਾਡੀ ਉਸ ਟਾਈਮ ਜਦੋਂ ਇਹ ਵੰਡ ਹੋਈ ਹੈ? ਮੈਂ ਕਿਹਾ 10 ਸਾਲਾਂ ਨਾਲੋਂ ਕੋਈ 2 ਮਹੀਨੇ ਘੱਟ ਆ। ਅੱਛਾ, 10 ਸਾਲ ਤੁਹਾਡੀ ਉਮਰ ਹੈ ਸੀ? ਹਾਂ। ਅਤੇ 10 ਸਾਲ ਦੇ ਬੱਚੇ ਨੂੰ ਤਾਂ ਕਾਫੀ ਚੀਜ਼ਾਂ ਯਾਦ ਹੁੰਦੀਆਂ ਨੇ। ਯਾਦ ਹੁੰਦੀਆਂ। ਅਸੀਂ ਹੁਣ ਤੁਹਾਨੂੰ ਕੋਈ ਪੁੱਛਾਂਗੇ ਕਿ ਤੁਹਾਡੇ ਪਿੰਡ ਖੂਹ ਕਿੰਨੇ ਸਨ? ਸਾਡੇ ਪਿੰਡ 'ਚ ਇੱਕ ਹੀ ਬਾਈਪਰ, ਹਾਂ, ਠੀਕ ਹੈ, ਇੱਕ ਹੀ ਉਹਦੇ ਮਹੁੰਦੇ ਦੇ ਘਰ ਦੇ ਥੱਲੇ, ਹਾਂ, ਠੀਕ ਹੈ, ਦੋ, ਹਾਂ ਹਾਂ ਖੂਹ ਦੋ ਹੀ ਹੈ। ਅੱਛਾ, ਦੋ ਹੀ ਖੂਹ ਸਨ, ਅਤੇ ਪਾਣੀ ਉੱਥੇ ਹੀ ਪੀਂਦੇ ਰਹੇ ਹੋ ਅਤੇ ਫਸਲਾਂ ਵੀ ਉੱਥੇ ਲਗਾਉਂਦੇ ਰਹੇ ਹੋ? ਪਾਣੀ ਖੂਹ ਦਾ ਪੀਣਾ ਅਤੇ ਭਾਂਡੇ ਸਾਂਡੇ ਧੋਣ ਲਈ ਛੱਪੜ ਦਾ ਲਿਆਓ। ਅੱਛਾ, ਉਹ ਛੱਪੜ ਦਾ ਇਸਤੇਮਾਲ ਕਰਨਾ? ਹਾਂ, ਬਰਤਨ ਧੋਣ ਵਾਸਤੇ? ਹਾਂ। ਅੱਛਾ, ਅਤੇ ਜਿਹੜੇ ਡੰਗਰਾਂ ਨੂੰ ਡਾਹਣਾ ਅਤੇ ਛੱਪੜ ਦੇ ਉੱਥੇ ਅੱਗੇ ਖੜੋ ਜਾਣਾ ਅਤੇ ਡੰਗਰਾਂ ਇੱਥੋਂ ਪਾਣੀ ਪੀ ਲੈਣਾ। ਅੱਛਾ, ਡੰਗਰਾਂ ਨੇ ਵੀ ਉਸੇ ਛੱਪੜ ਤੋਂ ਪਾਣੀ ਪੀਣਾ ਅਤੇ ਉਸੇ ਪਾਣੀ ਨਾਲ ਹੀ ਬਰਤਨ ਧੋਣੇ? ਹਾਂ, ਉਹਦੇ ਵਿੱਚ ਗੋਹਾ ਡਾਹ ਨਹੀਂ ਡੰਗਰਾਂ ਨੂੰ ਕਰ ਦੇਣਾ, ਪਿਛਾ ਡਾਹ ਨਹੀਂ। ਅੱਛਾ, ਯਾਨੀ ਕਿ ਖਿਆਲ ਕਰਨਾ ਕਿ ਡੰਗਰ ਕੋਈ ਵਿੱਚ ਗੋਹਾ ਨਾ ਕਰ ਦੇ, ਬਹਿ ਨਹੀਂ ਜਾਏ, ਜਿਸ ਤਰ੍ਹਾਂ ਦਾ ਉਸ ਵਕਤ ਦੀ ਇਹਤਿਆਤ ਹੈ ਇਸ ਕੰਮ ਦਾ। ਅੱਛਾ, ਅਤੇ ਸਭ ਤੋਂ ਵੱਡਾ ਜ਼ਿਮੀਦਾਰ ਕੌਣ ਸੀ ਪਿੰਡ 'ਚ? ਸਾਡੇ ਪਿੰਡ 'ਚ ਸਭ ਤੋਂ ਵੱਡਾ ਜ਼ਿਮੀਦਾਰ ਰੀਮੂ। ਰੀਮੂ, ਹਾਂ। ਕਿੰਨੀ ਕੁ ਜ਼ਮੀਨ ਸੀ ਇਹਦੀ? ਜ਼ਮੀਨ ਦੀ ਹੁੰਦੀ ਹੋਏਗੀ ਜਿਹੜੀ ਹੋਏਗੀ, ਟੌਰ ਛੌਰ ਬੜਾ ਹੈ, ਚੌਰੀ ਬੰਦਾ। ਚੌਰੀ ਬੰਦਾ ਸੀ ਉਸ ਟਾਈਮ? ਜਾਮਾ ਹੁੰਦਾ ਹੈ ਇੱਕ ਚੌਰੀ, ਇੱਕ ਮੁਹੰਮਦ ਖਾਂ ਚੌਰੀ ਸੀ ਅਤੇ ਇੱਕ ਜਿਹੜਾ ਤੁਸੀਂ ਨਾਂ ਲਿਆ, ਕੀ ਨਾਂ ਲਿਆ ਉਹਨਾਂ ਦਾ? ਰੀਮੂ। ਰੀਮੂ, ਅੱਛਾ। ਅਤੇ ਦੱਸੋ ਤਰ੍ਹਾਂ ਕਿ ਆਪਣੇ ਵਾਲਦ ਸਾਹਿਬ ਦੀ ਕਿੰਨੀ ਕੁ ਜ਼ਮੀਨ ਸੀ ਉਸ ਟਾਈਮ ਤੁਹਾਡੇ ਕੋਲ? ਸਾਡੇ ਕੋਲ ਜੀ ਪਿਛਲੇ ਜ਼ਮੀਨ ਅਸੀਂ ਚਾਰ ਦਾਦੇ ਸੀ ਮੇਰੇ। ਦਾਦੇ ਉਹਦੇ ਚਾਰ ਭਾਈ ਸਨ? ਹਾਂ। ਅੱਛਾ, 8-8 ਕਿੱਲੇ ਜ਼ਮੀਨ ਉਸ ਉੱਧਰ? ਹਾਂ। ਅੱਛਾ, ਉੱਧਰ ਹੀ ਵੱਖੋ ਵੱਖ ਸਨ, ਹੋ ਗਏ ਸਨ ਯਾਨੀ ਕਿ? ਠੀਕ ਹੋ ਗਿਆ। ਅਤੇ ਕਿਹੜੀ ਕਿਹੜੀ ਫਸਲ ਹੁੰਦੀ ਸੀ ਉੱਥੇ? ਫਸਲ ਉੱਥੇ ਹੋਈ ਬਾਜਰਾ, ਹਾਂ, ਕਣਕ, ਜਦੋਂ ਮੋਟ ਮੂੰਗੀ ਹੁੰਦੀ ਰਹੀ। ਮੁੰਜੀ ਵਗੈਰਾ ਨਹੀਂ ਹੁੰਦੀ ਰਹੀ? ਹਾਂ, ਮੁੰਜੀ ਮੁੰਜੀ ਕੋਈ ਮੁੰਜੀ ਨਹੀਂ ਹੁੰਦੀ ਰਹੀ? ਨਹੀਂ। ਅੱਛਾ, ਕਮਾਨ ਕੋਈ ਨਹੀਂ। ਅਤੇ ਵਾਲਾ ਸਾਹਿਬ ਨੇ ਕਿੰਨੀਆਂ ਕੁ ਜੋਗਾਂ ਰੱਖੀ ਦਾ? ਹਾਂ, ਜੋਗਾਂ ਕਿੰਨੀਆਂ ਕੁ ਰੱਖੀ ਦਾ ਵਾਲਾ ਸਾਹਿਬ ਨੇ? ਜੋਗਾਂ 2 ਸੀ ਸਾਡੇ ਕੋਲ, ਹਾਂ, ਅਤੇ 2 ਊਂਟ ਸੀ।
दो ऊंट सन। हाँ दो ऊंट बांधे हैं ताए। अच्छा हाँ ऊंटा नौ पहली बांधे हो गड्ढे ने लाद के जम्मू समान खड़ना सामने हो। अच्छा इनके पीछे गड्ढा रखे गए नहीं नहीं उन जीते लाद उत्ते लाद लाद के। हाँ तो जेडे वाला साहब ने टके रखे थे सन। हाँ जी उन्होंने कोई रंग याद ने भाई वो एक तो सारा टगा काला हाँ एक नीला एक काला तो एक नीला। हाँ देसी हंट तनी गए हैं देसी तो गए हैं तनी गए। अच्छा ठीक हो गया तो उस टाइम पैसे कड़े चलते हजे पैसे उस टाइम चांदी से चलते चांदी के। तो वो जिस तरह होंगी है कि दहनी चुहानी अजक की क्वानिटी की ही मसलो किस तरह कहते हैं दमड़ी तो फलानी तो पैसा मैं नहीं होश तो सांबा देखा तुम शहर नहीं देखा तो तहसील थोड़ी कड़ी ही उस टाइम उत्तर तहसील साड़ी मैं सांबा जहाँ करी सांबा तो जिला फिर ऑटोमेटिक जम्मू ही होया ना जम्मू जम्मू ठीक है। तो उधर थोड़े नानके कि पिंड सन फकीरे चक फकीरे चक तो जो थोड़े नाना जी हाँ उन्होंने की नाँ है सादी सादी। हाँ तो जो थोड़े मामू सन उन्होंने नाम एक का नाम नूर मोहन एक का नाम ओ नूर लाई नूर मोहम्मद तो नूर लाई ये थोड़े मामू सन है। हाँ तो फकीर चक तो फिर अच्छे तरीके देखे का भी होगा। हाँ देखा वो आले दुआले कि पिंड सन वो आले दुआले धमाण। हाँ हाँ वो परे गलार धमाने चमाने के बिल्कुल सामने आए। हाँ गलार हाँ तो वो थले पिंड जो सिखा दा परे बसंतर के कंडे ना यार कुलियाँ कहने सिखा दी कुलियाँ भी है ना ना सारे। हाँ वो ही पिंड है। अच्छा अच्छा चाचू जो तुम उधरों आए हो तो जी रस्ते तुम तकलीफा हुई या जिन्हें दिन तुम इतने पहुंचे सानू जरा अपने लफ्जा बयान करो कि तुम की तकलीफ उठाई। तकलीफ ये उठाई कि सारे पिंड जो उठे हाँ मेरे ननिहाली है फकीर चक। हाँ हाँ अपना फकीर चक अगे ही सिख थोड़ी जूचा बल्ले जरा अगे ही सिख। अच्छा हाँ राह छड़ दिता अं चल गए मधेरे। हाँ हाँ मधेरा बसंतर पार अं उ चल गए। हाँ मंडेरा उधर ही है रियासत जी उधर ही है। अच्छा साढ़े चढ़ते ही। अच्छा अच्छा उठे चले गए। हाँ उठू अगे एक फकीर चक जला रहा ही। अच्छा वो मिल पाया ठीक है कि नाम है बलाकी बलाकी। हाँ ठीक है वो जला मिल पाया तो मां का तो साढ़ी का बाग भी तो साढ़ा भी बाग भी साढ़ा मामा लगता पिंड च रहा। अच्छा इधरों वो। हाँ अच्छा अगों माई साड़ी लगी आखन चलो इधरों वो माई साड़ी लगी आखन तो हूँ अगे सिखना तो सू फिर निगान का चारा कर उन्होंने आख्या। हाँ अच्छा उन्हें आख्या मैं चलिया समान लैन। हाँ तुम मेरे नाल आओ ठीक है मैं आखागा भाई साढ़े जी ने तो समान लैन चले अं ठीक है फकीर चक। हाँ ठीक है उन्हें फकीर चक पजा छड़िया। हाँ जल्द फकीर चक पुजा तो फकीर चक कोई इन्नी दूरी है जिम्मे टिब्बा टिब्बे नाल भी नेड़े आ। हाँ अगे ये समान ढोए करते फकीर चक आले फकीर चक आले अगे समान ढोते पे अगे आने वास्ते धमाने। अच्छा अच्छा हाँ इन्होंने लग पे तो समान समून ढो लग पे इन्हें फस के फिरते फिर ये फसे फुजे ना ही आ गए। हाँ अच्छा हाँ फिर तुम किन्ने दिन तुम इतने पहुंचे हो यानी कि एक पैर च या सुबह लगे हो शाम आ गए हो वो अं धमाने रहे एको रात। अच्छा दूसरी रात आ गया बटाले। हाँ उस तुहाडे पिंड दे विच जिहड़ा तुहानूं तुसीं पुराना पिंड दसदे पिओ। हाँ जी उहदे विच मसीतां किन्नियां हन मसीत साडे पिंड च इक्को ही इक मसीत सी। हाँ कोई मौलवी साहब दा नाम याद है हसना। हैं हसना हसना। हाँ इह उस टाइम हसना जिहड़े हन इह मौलवी सन इमाम मस्जिद सन ते नमाज़ वगैरह पढ़ांदे रहे ने। हाँ अच्छा ते कोई गैर मुस्लिमां दा वी घर आया सन उत्थे। हैं हिंदू शिंदू है हिंदू या किन्ने घर सन तकरीबन चमियारा ने हजूर रहे और होर कोई नहीं की नाम सन उहनां दे चमियार का ना एक का ना दुन्ना 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 ठीक है दुए का नहीं मैं याद रहा दूसरे का नहीं याद। जेडे उन्होंने बच्चे सन थोड़े हम उम्र कट्ठा डंगा चारना कट्ठा मेले देखने वो कि ना याद है कोई नहीं याद। तो पिंड कोई दरबार है सी कोई बाबा शेबा कोई मेला शेला होंगे है मेला शेला कोई आले दुआले किसी पिंड मेला होंगे है ये पैर इतने नमंदर होंगे रहा नमंदर। हाँ नमंदर तो बसाखी होंगी ही ना। हाँ उ बसाखी बसाखी। अच्छा अच्छा ठीक हो गया तो बसाखी जी दसो किस्सा मनाते घुंगू पा के पैरों
ਭਾਂਗੜਾ ਮਾਰ ਦੇ ਆਉਣਾ ਹਾਂ ਅੱਗੇ ਗੜਦੀਆਂ ਲਈ ਦੀਆਂ ਪਾਣੀ ਪਿਲਾਉਣਾ ਹਾਂ ਮੇਲਾ ਬੜਾ ਸ਼ਾਹੀ ਹੁੰਦਾ ਹਾਂ ਬਸੰਤ ਦੇ ਕੰਢੇ ਹਨੂੰਮੰਦ ਰਹੀ ਕਦੇ ਆਪਣਾ ਪਿੰਡ ਯਾਦ ਆਇਆ ਕੁੜਾ ਯਾਦ ਆਉਂਦਾ ਰਹਿੰਦਾ ਕੀ ਕਰੀਏ ਯਾਦ ਆਉਂਦਾ ਰਹਿੰਦਾ ਹਾਂ ਉਸ ਪਿੰਡ ਵਿੱਚ ਤੁਹਾਡੇ ਕੋਈ ਦੋਸਤ ਜਿਹੜੇ ਹਾਂ ਤੁਸੀਂ ਇਕੱਠਿਆਂ ਬਚਪਨ ਗੁਜ਼ਾਰਿਆ ਕਿਸੇ ਦਾ ਨਾਂ ਦੱਸੋ ਹੋਰ ਬਚਪਨ ਜੀ ਜੀ ਜਿਹੜੇ ਬਚਪਨ ਦੇ ਸਾਥੀ ਹਨ ਦੋਸਤ ਤੁਹਾਡੇ ਇਕੱਠਿਆਂ ਖੇਡਦੇ ਰਹੇ ਇਕੱਠੇ ਉਹ ਮਰ ਗਏ ਦੇ ਸਦੀਕ ਹੋਰੀ ਚਲੋ ਨਾਂ ਤੇ ਦੱਸ ਨਾ ਆਹ ਅੱਛਾ ਇਕੱਠੇ ਜਿਹੜੇ ਹਾਣੀ ਚਰਾਣੀ ਸੀ ਨਾ ਉਹ ਮਰ ਗਏ ਦੋ ਦੋ ਤਰ੍ਹਾਂ ਪਿਆਰੇ ਸੀ ਇਹ ਸ਼ਮਤੇ ਨਾਂ ਦੱਸ ਨਾ ਉਹਦੇ ਸਾਹ ਹਾਂ ਇੱਕ ਦਾ ਨਾਂ ਸ਼ਮਤਾ ਅੱਛਾ ਇੱਕ ਦਾ ਨਾਂ ਖੁਸ਼ੀ ਪਾਉਂਦਾ ਉੱਥੇ ਤੁਹਾਡਾ ਘਰ ਜਿਹੜਾ ਸੀ ਕੱਚਾ ਸੀ ਪੱਕਾ ਸੀ ਕੱਚਾ ਘਰ ਕੱਚਾ ਹੀ ਹਾਂ ਘਰ ਕੱਚਾ ਸੀ ਅਤੇ ਘਰ ਦੇ ਨਾਲ ਆਲੇ ਦੁਆਲੇ ਕਿਹਦੇ ਕਿਹਦੇ ਘਰ ਸਨ ਸਾਡਾ ਘਰ ਪਿੰਡ ਬਾਹਰ ਆ ਰਿਹਾ ਸੀ ਚੜ੍ਹਦੇ ਵਾਲੇ ਦਾ ਚੜ੍ਹਦੇ ਵਾਲੇ ਪਾਸੇ ਹਾਂ ਅਤੇ ਅੱਗੇ ਬਾੜੀਆਂ ਅੱਗੇ ਬਾੜੀਆਂ ਸਨ ਅਤੇ ਘਰ ਵਿੱਚ ਕੋਈ ਵੱਡਾ ਦਰਖਤ ਆਇਆ ਸੀ ਪਿੱਪਲ ਦਾ ਕੋਈ ਬੋਰਡ ਦਾ ਕੋਈ ਵੱਡਾ ਦਰਖਤ ਕੋਈ ਇੱਕ ਟਾਹਲੀ ਦਾ ਬੂਟਾ ਸਾ ਵੱਡੇ ਤਾਇਆ ਦੇ ਘਰ ਟਾਹਲੀ ਦਾ ਬੂਟਾ ਸੀ ਹਾਂ ਅਤੇ ਕ੍ਰਿਕਟ ਦਾ ਬੂਟਾ ਸੀ ਸਾਡੇ ਘਰ ਉਦੋਂ ਖੇਡਾਂ ਕਿਹੜੀਆਂ ਖੇਡਦੇ ਰਹੇ ਹੋ ਅੱਜ ਕੱਲ੍ਹ ਜਿਸ ਤਰ੍ਹਾਂ ਕ੍ਰਿਕਟ ਅਸੀਂ ਖੇਡਦੇ ਹਾਂ ਹਾਕੀ ਖੇਡਦੇ ਹਾਂ ਫੁੱਟਬਾਲ ਖੇਡਦੇ ਹਾਂ ਉਦੋਂ ਕੀ ਖੇਡਦੇ ਰਹੇ ਹੋ ਖੇਡਣ ਯੋਗਾ ਟਾਈਮ ਹੀ ਨਹੀਂ ਲੱਗਦਾ ਹਾਂ ਐਵੇਂ ਝੂਠ ਮਾਰੀਏ ਜਿਸ ਤਰ੍ਹਾਂ ਬੱਚੇ ਛੋਟੇ ਖੇਡਦੇ ਨੇ ਉਦੋਂ ਹਾਂ ਖੇਡਦੇ ਖੇਡਦੇ ਨੇ ਹੁਣ ਯਾਦ ਹੀ ਨਹੀਂ ਰਿਹਾ ਤਾਂ ਕੀ ਕਰਦੇ ਰਿਹਾ ਵੈਸੇ ਇਹ ਵੀ ਨਹੀਂ ਯਾਦ ਉਦੋਂ ਖੇਡਾਂ ਕਿਹੜੀਆਂ ਖੇਡੀ ਜਾਂਦੀਆਂ ਰਹੀਆਂ ਨੇ ਅੱਬੇ ਹੋਰਾਂ ਢਕੇ ਲਿਆਉਣੇ ਬਾਗ ਇਹਦੇ ਚੱਲ ਢਕਿਆ ਨਾਲ ਚਾਰ ਉਹਨਾਂ ਨੂੰ ਚੱਲ ਗਈ ਠੀਕ ਹੈ ਹਾਂ ਠੀਕ ਹੈ ਉਹਨਾਂ ਦੇ ਮਗਰ ਚੱਲ ਜਾਣਾ ਅਤੇ ਸਾਡੇ ਦੋਸਤਾਂ ਨੂੰ ਦੱਸੋ ਤਰ੍ਹਾਂ ਕਿ ਉਹ ਵਕਤ ਚੰਗਾ ਸੀ ਜਾਂ ਇਹ ਵਕਤ ਚੰਗਾ ਸਾਡੇ ਵਾਸਤੇ ਤਾਂ ਉਹ ਚੰਗਾ ਪਰ ਹੁਣ ਤਾਂ ਫਿਰ ਕੀ ਕਰੀਏ ਠੀਕ ਹੈ ਤਾਂ ਜ਼ਿੰਦਗੀ ਦੀ ਗੁਜ਼ਾਰਨੀ ਹੈ ਨਾ ਹਾਂ ਜ਼ਿੰਦਗੀ ਗੁਜ਼ਾਰਨੀ ਹੈ ਚਾਚੂ ਅੱਲਾ ਪਾਕ ਤੁਹਾਨੂੰ ਸਿਹਤਮੰਦ ਰੱਖੇ ਅਸੀਂ ਅੱਲਾ ਪਾਕ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਕਿ ਤੁਹਾਨੂੰ ਇਸ ਉਮਰ ਵਿੱਚ ਉਹਨਾਂ ਨੇ ਸਿਹਤਮੰਦ ਰੱਖੇ ਦਾ ਇਨਸ਼ਾਅੱਲਾ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਤੁਹਾਡੇ ਕੋਲ ਦੁਬਾਰਾ ਫਿਰ ਚੱਕਰ ਲਾਈਏ ਅਤੇ ਅੱਲਾ ਪਾਕ ਦਾ ਸ਼ੁਕਰ ਹੈ ਕਿ ਤੁਹਾਨੂੰ ਉਹਨਾਂ ਸਿਹਤਮੰਦ ਰੱਖੇ ਦਾ ਬਹੁਤ ਸ਼ੁਕਰੀਆ ਮਿਹਰਬਾਨੀ ਅੱਲਾ ਹਾਫਿਜ਼